ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਸਟਾਫ ਨਰਸ ਅਤੇ ਪੈਰਾਮੈਡੀਕਲ ਭਰਤੀ ਨਾਲ ਸੰਬੰਧਿਤ ਇੱਕ ਬਹੁਤ ਹੀ ਵੱਡੀ ਅਪਡੇਟ ਜਿਹੜੀ ਕਿ ਜਾਰੀ ਕੀਤੀ ਗਈ ਆ ਡੀਆਰਐਮਈ ਪੰਜਾਬ ਵੱਲੋਂ ਸੋ ਸਟਾਫ ਨਰਸ ਅਤੇ ਪੈਰਾਮੈਡੀਕਲ ਵਾਲੇ ਬੱਚੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਆ ਕਿ ਜਿਹੜੇ ਵੀ ਸਟੂਡੈਂਟ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਜੀ ਤਾਂ ਕਿ ਆਉਣ ਵਾਲੀਆਂ ਹਰ ਇੱਕ ਵੀਡੀਓ ਚਾਹੇ ਉਹ ਜੋਬ ਨੋਟੀਫਿਕੇਸ਼ਨ ਆ ਜਾਂ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਆ ਜਾਂ ਪੇਪਰਾਂ ਦੀ ਤਿਆਰੀ ਵਾਲੀ ਤੁਹਾਨੂੰ ਸਭ ਦੇ ਨੋਟੀਫਿਕੇਸ਼ਨ ਪ੍ਰਾਪਤ ਹੁੰਦੇ ਰਹਿਣ ਨਾਲ ਦੀ ਨਾਲ ਜਿਹੜੇ ਬੱਚੇ ਸਟਾਫ ਨਰਸ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ 24 ਜੁਲਾਈ ਨੂੰ ਲਿਆ ਜਾ ਰਿਹਾ ਵਾ ਜੀ ਤੇ ਕਮਿਊਨਿਟੀ ਹੈਲਥ ਦਾ ਐਗਜ਼ਾਮ ਜੋ 7 ਅਗਸਤ ਨੂੰ ਲਿਆ ਜਾ ਰਿਹਾ ਵਾ ਉਸ ਦੀ ਤਿਆਰੀ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ ਦੇ ਉੱਤੇ ਕਰਵਾਈ ਜਾਂਦੀ ਹੈ ਡੇਲੀ ਇੱਕ ਤੋਂ ਦੋ ਵੀਡੀਓਜ਼ ਅਪਲੋਡ ਹੁੰਦੀਆਂ ਤੁਸੀਂ ਉੱਥੇ ਜਾ ਕੇ ਤਿਆਰੀ ਕਰ ਸਕਦੇ ਹੋ ਲਿੰਕ ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਮਲਟੀਪਲ ਹੈਲਥ ਵਰਕਰ ਦੀ ਤਿਆਰੀ ਆਪਾਂ ਇਸ ਚੈਨਲ ਤੇ ਕਰਵਾਉਂਦੇ ਹਾਂ ਸੋ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਆ ਜੀ ਉਹ ਇਹ ਆ ਵੀ ਜਿਹੜੇ 29 ਜੂਨ ਨੂੰ ਜਿਹੜੀ ਲਿਸਟ ਆਈ ਸੀਗੀ ਸਟਾਫ ਨਰਸ ਅਤੇ ਪੈਰਾਮੈਡੀਕਲ ਵਾਲੇ ਬੱਚਿਆਂ ਦੀ ਜਿਹਦੇ ਵਿੱਚ ਕਾਫੀ ਸਾਰੇ ਬੱਚਿਆਂ ਨੂੰ ਜੁਆਇਨਿੰਗ ਲੈਟਰ ਦੇਣ ਦੀ ਗੱਲ ਕੀਤੀ ਗਈ ਸੀ ਤੇ ਲਿਸਟ ਦੇ ਵਿੱਚ ਉਹਨਾਂ ਦੇ ਨਾਮ ਸੀਗੇ ਕਿ ਇਹਨਾਂ ਇਹਨਾਂ ਬੱਚਿਆਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਸੋ ਉਹਨਾਂ ਕੈਂਡੀਡੇਟਸ ਨੂੰ ਆ ਤੁਸੀਂ ਦੇਖ ਸਕਦੇ ਹੋ ਜਿਹੜੇ SMS ਨੇ SMS ਦੇ ਥਰੂ ਇਨਫੋਰਮੇਸ਼ਨ ਪ੍ਰਾਪਤ ਹੋ ਰਹੀ ਹੈ ਜੀ ਉਹਨਾਂ ਨੂੰ SMS ਉਹਨੇ ਸਟਾਰਟ ਹੋ ਗਏ ਨੇ ਕੱਲ ਕਾਫੀ ਸਾਰੇ ਬੱਚਿਆਂ ਨੂੰ SMS ਆਏ ਨੇ ਸੋ ਤੁਸੀਂ ਇਹ SMS ਦੇ ਵਿੱਚ ਕੀ ਲਿਖਿਆ ਰੀਡ ਕਰ ਸਕਦੇ ਹੋ ਕਿ ਪੰਜਾਬ ਆਪ ਸਰਕਾਰ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਵਿਭਾਗ ਅਧੀਨ ਸਟਾਫ ਨਰਸਾਂ ਪੈਰਾਮੈਡੀਕਲ ਦੀ ਅਸਾਮੀ ਲਈ ਨਿਯੁਕਤੀ ਪੱਤਰ ਲੈਣ ਲਈ ਮਿਤੀ 19/7 19/7 ਯਾਨੀ ਕਿ ਕੱਲ ਦੇ ਦਿਨ ਤੁਸੀਂ ਸਵੇਰੇ 9:30 ਵਜੇ ਮਿਊਨਿਸਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਪੁੱਜਣ ਦੀ ਖੇਚਲ ਕੀਤੀ ਜਾਵੇ ਠੀਕ ਹੈ ਜੀ ਸੋ ਐਡਰੈਸ ਨੋਟ ਕਰ ਲਵੋ ਜੀ ਮਿਊਨਿਸਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਬੁਲਾਇਆ ਗਿਆ ਵਾ ਜਿਹੜੇ ਕੈਂਡੀਡੇਟਸ ਦੇ ਲਿਸਟ ਦੇ ਵਿੱਚ ਨਾਮ ਸੀਗੇ ਜਿਨ੍ਹਾਂ ਨੂੰ ਮੈਸੇਜ ਆ ਗਏ ਠੀਕ ਹੈ ਜੀ ਜਿਨ੍ਹਾਂ ਨੂੰ ਮੈਸੇਜ ਆ ਗਏ ਉਹਨਾਂ ਨੂੰ ਉੱਥੇ ਬੁਲਾ ਕੇ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਆ ਇੱਕ ਹੋਰ ਐਸਐਮਐਸ ਹੈ ਇਹ ਵੀ ਆਪਾਂ ਦੇਖ ਲਓ ਤੁਸੀਂ ਇਹਦੇ ਵਿੱਚ ਵੀ ਉਹੀ ਸਾਰਾ ਕੁਝ ਲਿਖਿਆ ਕਿ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਵਿਭਾਗ ਅਧੀਨ ਸਟਾਫ ਨਰਸਾਂ ਪੈਰਾਮੈਡੀਕਲ ਦੀ ਅਸਾਮੀ ਲਈ 19/7/2022 ਨੂੰ ਸਵੇਰੇ 9:30 ਵਜੇ ਮਿਊਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਪੁੱਜਣ ਦੀ ਖੇਚਲ ਕੀਤੀ ਜਾਵੇ ਸੋ ਇਸ ਭਰਤੀ ਇਹ ਭਰਤੀ ਆ ਜਿਹੜੀ ਕਾਫੀ ਹੱਦ ਤੱਕ ਕੰਪਲੀਟ ਹੋ ਰਹੀ ਆ ਸੋ ਜਿੱਦਾਂ ਜਿੱਦਾਂ ਹੋਰ ਵੀ ਕੋਈ ਇਸ ਭਰਤੀ ਦੇ ਰਿਗਾਰਡਿੰਗ ਯਾ ਬੋਰਡ اٹੈਂਡੈਂਟ ਮਲਟੀਪਲ ਹੈਲਥ ਵਰਕਰ एएनएम ਕੋਈ ਵੀ ਮੈਡੀਕਲ ਫੀਲਡ ਨਾਲ ਜੁੜੀ ਕੋਈ ਵੀ ਭਰਤੀ ਹੋਵੇ ਸਟਾਫ ਨਰਸ ਹੋਰ ਵੀ ਕੋਈ ਸ਼ੁਭੀ ਹੋਵੇ ਤਾਂ ਆਪਾਂ ਅਪਡੇਟ ਤੁਹਾਨੂੰ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਨਾਲ ਦੀ ਨਾਲ ਐਗਜ਼ਾਮ ਪ੍ਰੈਪਰੇਸ਼ਨ ਵੀ ਕਰਵਾਉਂਦੇ ਹਾਂ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੇ ਆਂ ਕਿ ਕੱਲ ਆਪਣੇ 10000 ਜਿਹੜੇ ਸਬਸਕ੍ਰਾਈਬਰ ਨੇ ਉਹ ਕੰਪਲੀਟ ਹੋ ਗਏ ਨੇ ਆਪਣੀ ਜਿਹੜੀ YouTube ਫੈਮਲੀ ਆ ਉਹ 10000 ਕ੍ਰੋਸ ਹੋ ਗਈ ਆ ਸੋ ਤੁਹਾਡੇ ਪਿਆਰ ਤੇ ਸਪੋਰਟ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਇਦਾਂ ਹੀ ਇਦਾਂ ਹੀ ਪਿਆਰ ਕਰਦੇ ਰਹੋ ਆਪਾਂ ਲੈ ਕੇ ਆਉਂਦੇ ਰਹਾਂਗੇ ਨਮੀ ਨਮੀ ਇਨਫੋਰਮੇਸ਼ਨਸ ਤੇ ਪੇਪਰਾਂ ਦੀ ਤਿਆਰੀ ਕਰਵਾਉਂਦੇ ਰਹਾਂਗੇ ਸੋ ਧੰਨਵਾਦ ਜੀ